ਪੂਰੇ ਪੰਜਾਬ ਭਰ 'ਚ ਅੱਜ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੋਣ ਹੋ ਰਹੇ ਨੇ। ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਗਾਖਲ 'ਚ ਖੜ੍ਹੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੋਲਿੰਗ ਬੂਥ 'ਤੇ ਇਸ ਵੇਲੇ ਕਾਫੀ ਵੱਡੀ ਲਾਈਨਾਂ ਲੱਗ ਚੁੱਕੀਆਂ ਨੇ। ਲੋਕ ਵੋਟਾਂ ਪਾਉਣ ਵਾਸਤੇ ਇੱਥੇ ਨਿਕਲ ਚੁੱਕੇ ਨੇ। ਪਿੰਡਾਂ ਦੀ ਵੋਟਿੰਗ ਹੋ ਰਹੀ ਅੱਜ ਅਕਾਲੀ ਦਲ ਔਰ ਕਾਂਗਰਸ ਦੇ ਵਿਚਕਾਰ ਪੂਰੇ ਪੰਜਾਬ ਭਰ 'ਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਅਕਾਲੀ ਦਲ ਆਰੋਪ ਲਗਾ ਰਹੀ ਹੈ ਕਿ ਕਾਂਗਰਸ ਨੇ ਧੱਕੇਸ਼ਾਹੀ ਕਰ ਰਹੀ ਹੈ। ਕਾਂਗਰਸ ਦੇ ਕਈ ਜਿਹੜੇ ਅਕਾਲੀ ਦਲ ਦੇ ਕੈਂਡੀਡੇਟਸ ਨੇ ਉਹਨਾਂ ਦੇ ਪਰਚੇ ਨਹੀਂ ਭਰੇ ਗਏ। ਕੱਲ੍ਹ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਸਮੇਤ ਗਵਰਨਰ ਨੂੰ ਮਿਲ ਕੇ ਆਏ ਨੇ ਕਿ ਜੇਕਰ ਕੋਈ ਇਨਡਿਸਿਪਲਨ ਜਾਂ ਕੋਈ ਹਿੰਸਾ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰ ਕਾਂਗਰਸ ਹੋਏਗੀ। ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਗਾਖਲ ਪਿੰਡ 'ਚ ਸ਼ਾਂਤਮਈ ਢੰਗ ਨਾਲ ਵੋਟਿੰਗ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ। EVM ਮਸ਼ੀਨ ਨਹੀਂ ਹੈ, ਇੱਥੇ ਬੈਲਟ ਬਾਕਸ ਨਾਲ ਵੋਟਿੰਗ ਹੋ ਰਹੀ ਹੈ। ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀ ਵੋਟਿੰਗ ਜਿਹੜੀ ਹੈ ਇਸ ਵੇਲੇ ਪੰਜਾਬ ਭਰ 'ਚ ਹੋ ਰਹੀ ਹੈ। ਸਾਡੇ ਨਾਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਵੀ ਆਏ ਨੇ, ਨੌਜਵਾਨ ਵੀ ਇੱਥੇ ਵੋਟਿੰਗ ਪਾਉਣ ਆਏ ਨੇ ਆਪਣੇ ਬਲਾਕ ਸਮਿਤੀਆਂ ਦੇ ਮੈਂਬਰ 'ਚ ਉਹਨਾਂ ਨੂੰ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ 'ਚ ਉਹਨਾਂ ਨੂੰ ਅਸੀਂ ਕਿਹੋ ਜਿਹੇ ਮੈਂਬਰ ਹੋਣੇ ਚਾਹੀਦੇ, ਕਿਉਂਕਿ ਅਸੀਂ ਤੁਹਾਨੂੰ ਤੁਹਾਡੇ ਪਿੰਡ 'ਚ ਆ ਰਹੇ ਸੀ, ਸੜਕਾਂ ਟੁੱਟੀਆਂ ਹੋਈਆਂ ਨੇ, ਕੀ ਚਾਹੀਦਾ ਤੁਹਾਡੇ ਪਿੰਡ ਨੂੰ ਇਸ ਵੇਲੇ? ਇਹੀ ਹੈ ਕਿ ਜੇ ਕੋਈ ਬੈਟਰ ਬਣ ਜੂਗਾ ਤਾਂ ਉਹਦੇ 'ਤੇ ਡਿਪੈਂਡ ਹੋਊਗਾ ਸਾਰੀ ਪ੍ਰੋਪਰ ਜੋ ਵੀ ਡਿਵੈਲਪਮੈਂਟ ਹੋਊਗੀ ਵਿਲੇਜ ਦੀ ਬੈਟਰ ਆ। ਅਤੇ ਸੋ ਇਹ ਆ ਕਿ ਸਾਰੇ ਜਾਣੇ ਆਪਣਾ ਰਾਈਟ ਟੂ ਵੋਟ ਉਹਨੂੰ ਹੀ ਕਰਨ, ਕਿਉਂਕਿ ਇਹੀ ਇੱਕ ਆਪਣੀ ਫਰੀਡਮ ਆ ਕਿ ਆਪਾਂ ਬੈਸਟ ਚੂਜ਼ ਕਰ ਸਕਦੇ। ਪਹਿਲੀ ਵਾਰੀ ਵੋਟ ਪਾ ਰਹੇ ਹੋ? ਨਹੀਂ, ਮੈਨੂੰ 2-3 ਟਾਈਮਸ ਹੋ ਗਿਆ। ਹਾਂਜੀ, ਪਰ ਕਿਸ ਤਰ੍ਹਾਂ ਦਾ ਪਿੰਡ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਪਿੰਡ? ਹੈ ਕਿ ਤੁਸੀਂ ਦੇਖਿਆ ਹੀ ਹੋਣਾ, ਰੋਡ ਕਾਫੀ ਜ਼ਿਆਦਾ ਟੁੱਟਿਆ ਹੋਇਆ ਹੈ ਕਿ ਪਿੰਡ ਨੂੰ ਆਉਣ ਵਾਲਾ। ਸੋ ਉਹਦੀ ਪ੍ਰੋਪਰ ਜੇਕਰ ਵਰਕਿੰਗ ਵੈਲ ਹੋ ਜੂਗੀ ਕਿ ਇੱਥੋਂ ਬੈਟਰ ਕੋਈ ਬਣੂਗਾ ਤਾਂ ਉਸ ਚੀਜ਼ 'ਚ ਹੈਲਪਫੁੱਲ ਹੋਊਗਾ। ਹੋਰ ਕੀ ਕੀ ਸਮੱਸਿਆਵਾਂ ਨੇ ਪਿੰਡ 'ਚ? ਪਿੰਡ ਵਿੱਚ ਬਸ ਆਹੀ ਰਸਤੇ ਦੀਆਂ ਸਮੱਸਿਆ, ਬਾਕੀ ਮਾਡਰਨ ਆ ਪਿੰਡ ਸਾਡਾ, ਕਾਫੀ ਅਰੇਂਜਮੈਂਟਸ ਵੀ ਪ੍ਰੋਪਰ ਆ, ਵੈਲ ਡਿਵੈਲਪਡ ਹੈਗਾ ਆ ਇਹ ਪਿੰਡ। ਜਿਹੜਾ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਜਲੰਧਰ ਦੇ ਬਿਲਕੁਲ ਨਾਲ ਲੱਗਦਾ, ਅਤੇ ਤਾਂ ਕਰਕੇ ਜਿਹੜੇ ਨੌਜਵਾਨ ਨੇ ਉਹ ਕਹਿ ਰਹੇ ਨੇ ਕਿ ਇਹ ਪਿੰਡ ਡਿਵੈਲਪ ਹੋ ਚੁੱਕਿਆ ਆ। ਪਰ ਜਦੋਂ ਆਪਾਂ ਪਿੰਡ ਦੇ ਅੰਦਰ ਆ ਰਹੇ ਸੀਗੇ ਤਾਂ ਸੜਕਾਂ ਟੁੱਟੀਆਂ ਹੋਈਆਂ ਨੇ ਲਗਾਤਾਰ। ਦੈਨਿਕ ਸਵੇਰਾ ਵੱਲੋਂ ਸੁਣੋ ਸਰਪੰਚ ਸਾਹਿਬ ਪ੍ਰੋਗਰਾਮ 'ਚ ਵੀ ਪੰਜਾਬ ਦੇ ਉਹ ਪਿੰਡ ਦਿਖਾਏ ਗਏ ਜਿੱਥੇ ਦੀ ਸਮੱਸਿਆ ਸ਼ਾਇਦ ਅਸੀਂ ਜਾਂ ਤੁਸੀਂ ਸੋਚੀ ਵੀ ਨਹੀਂ। ਅਸੀਂ ਹੋਰ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ, ਪਿੰਡ 'ਚ ਸਮੱਸਿਆ ਹੈਗੀ ਜਿਹੜੀ ਵੋਟ ਦਿਮਾਗ 'ਚ ਰੱਖ ਕੇ ਉਸ ਨੂੰ ਵੋਟ ਪਾਓਗੇ ਤੁਸੀਂ? ਇਹਨੇ ਕੋਈ ਤਾਕਤਾਂ ਹੈਗੀਆਂ ਜਿਹੜੀ ਇਹ ਸਮੱਸਿਆ ਹੱਲ ਕਰ ਦੇਣਗੇ? ਵੋਟ ਕਿੱਦਾਂ ਪਾ ਰਹੇ ਹੋ? ਵੋਟ ਤਾਂ ਪਿਆਰ ਨਹੀਂ ਪਾਉਣੀ ਆ, ਉਹ ਤਾਂ ਪਾਰਟੀ ਪਾਉਣੀ ਹੈ। ਸਾਡੇ ਕੋਲ ਤਾਕਤ ਹੈਗੀ, ਕੌਣ ਸਹੀ ਕਰੇਗਾ? ਨਹੀਂ ਨਹੀਂ, ਇਹ ਤਾਂ ਗੌਰਮੈਂਟ ਨੂੰ ਚਾਹੀਦਾ ਆ ਜੋ ਅਸੀਂ ਕਰਦੇ ਸਹੀ ਕਰਨ। ਕੀ ਕੀ ਸਮੱਸਿਆਵਾਂ ਨੇ ਤੁਹਾਡੀਆਂ? ਸਮੱਸਿਆਵਾਂ ਸੜਕਾਂ ਇਹਨਾਂ ਨੇ 10-10 ਫੁੱਟ ਦੀਆਂ ਬਣਾਤੀਆਂ ਸੀਮੈਂਟ ਦੀਆਂ, ਉਹ ਜਿਹੜੀਆਂ ਵੱਡੀਆਂ ਚੌੜੀਆਂ ਚਾਹੀਦੀਆਂ ਸੜਕਾਂ, ਸੜਕਾਂ ਪਿੰਡ ਨੂੰ ਚੌੜੀਆਂ ਚਾਹੀਦੀਆਂ, ਵੀ ਜੇ ਅੰਦਰ ਬੈਠ ਕੇ ਸੜਕਾਂ ਬਣਾਉਂਦੇ ਆ। ਹੋਰ ਕੋਈ ਸਮੱਸਿਆ ਹੈਗੀਆਂ? ਹੋਰ ਬਹੁਤ ਸਮੱਸਿਆ। ਦੱਸੋ ਕੀ ਹੈਗੀਆਂ, ਦੱਸੋ ਤੁਹਾਡੇ ਤਾਂ ਤੁਹਾਡੇ ਕੋਲ ਆਏ ਛੱਪੜਾਂ ਵਿੱਚ ਪਾਣੀ ਖੜਾ ਉੱਦਾਂ ਹੀ। ਅਕਾਲੀ ਦਲ ਵਾਲੇ ਕਹਿੰਦੇ ਕਾਂਗਰਸ ਨੇ ਧੱਕੇਸ਼ਾਹੀ ਬੜੀ ਕੀਤੀ ਹੈ ਇਲੈਕਸ਼ਨਾਂ ਦੌਰਾਨ, ਇਸ ਪਿੰਡ 'ਚ ਹਾਲਾਤ ਕਿੱਦਾਂ ਦੇ? ਨਹੀਂ, ਸਾਡੇ ਪਿੰਡ 'ਚ ਕੋਈ ਧੱਕੇਸ਼ਾਹੀ ਨਹੀਂ, ਬੜੇ ਪਿਆਰ ਨਾਲ ਸਾਡੇ ਦੇਖ ਲਓ ਬੂਟਾ ਪਾਉਣ ਆਏ ਆ। ਦੇਖ ਸਕਦੇ ਹੋ ਕਿਉਂਕਿ ਤੁਸੀਂ ਹਾਲੇ ਵੋਟਿੰਗ ਪ੍ਰਕਿਰਿਆ ਦਾ ਜਿਹੜਾ ਇੱਕ ਘੰਟਾ ਹੋ ਗਿਆ, 8 ਵਜੇ ਵੋਟਿੰਗ ਸ਼ੁਰੂ ਹੋਈ ਸੀ, 4 ਵਜੇ ਤੱਕ ਵੋਟਿੰਗ ਚੱਲਣੀ ਹੈ। ਪਰ ਰਸ਼ ਕਿਹੜਾ, ਕਾਫੀ ਗਾਖਲ ਪਿੰਡ 'ਚ ਲੋਕ ਇੱਥੇ ਵੋਟ ਪਾਉਣ ਆਏ ਨੇ ਔਰ ਕਹਿ ਰਹੇ ਨੇ ਕਿ ਸ਼ਾਂਤਮਈ ਢੰਗ ਨਾਲ ਇੱਥੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਤੁਸੀਂ ਜੇਕਰ ਪਿੰਡ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਡਾ ਵੀ ਅੱਜ ਹੱਕ ਬਣਦਾ ਹੈ ਕਿ ਤੁਸੀਂ ਵੋਟ ਪਾਓ, ਆਪਣੇ ਮੈਂਬਰ ਚੁਣੋ ਤਾਂ ਕਿ ਤੁਹਾਡੇ ਪਿੰਡ ਦਾ ਵਿਕਾਸ ਹੋ ਸਕੇ। 8 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਜਿਹੜੀ ਵੋਟਿੰਗ ਹੋਏਗੀ ਔਰ 2 ਬੈਲਟ ਬਾਕਸ ਨੇ, ਇੱਕ ਪਾਸੇ ਜ਼ਿਲ੍ਹਾ ਪਰਿਸ਼ਦ ਦਾ ਹੀ ਬੈਲਟ ਬਾਕਸ ਰੱਖਿਆ ਗਿਆ, ਇੱਕ ਪਾਸੇ ਬਲਾਕ ਸਮਿਤੀ ਦਾ, ਔਰ ਤੁਸੀਂ ਪਰਚੀ ਨਾਲ ਵੋਟ ਪਾਉਣੀ ਹੈ। EVM ਮਸ਼ੀਨਾਂ ਨਹੀਂ ਹੈ। ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਗਾਬਾ, ਦੈਨਿਕ ਸਵੇਰਾ TV, ਪਿੰਡ ਗਾਖਲ।